ਫਿਰੋਜ਼ਪੁਰ ਪੁਲਿਸ ਨੇ ਅਲੱਗ ਅਲੱਗ ਮਾਮਲਿਆਂ ਵਿੱਚ ਨਸ਼ੇ ਸਮੇਤ ਚੋਰੀ ਦੇ ਮੋਟਰਸਾਈਕਲ, 800 ਬੋਤਲਾਂ ਨਜਾਇਜ਼ ਸ਼ਰਾਬ ਅਤੇ ਇੱਕ ਗੱਡੀ ਸਮਾਨ ਸਮੇਤ 3 ਦੋਸ਼ੀਆਂ ਨੂੰ ਕਾਬੂ ਕੀਤਾ। ਫਿਰੋਜ਼ਪੁਰ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਅੱਜ ਪੁਲਿਸ ਨੇ ਅਲੱਗ ਅਲੱਗ ਕੇਸ ਵਿੱਚ 3 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਨਸ਼ਾ ਅਤੇ ਚੋਰੀ ਕੀਤੇ ਮੋਟਰਸਾਈਕਲ, ਕਾਰ ਅਤੇ ਚੋਰੀ ਕੀਤਾ ਸਮਾਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼ਰਾਰਤੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਕਾਮਯਾਬੀ ਹਾਸਲ ਹੋਈ ਹੈ। ਅੱਜ 3 ਦੋਸ਼ੀਆਂ ਨੂੰ ਅਲੱਗ ਅਲੱਗ ਕੇਸ ਵਿੱਚ ਕਾਬੂ ਕੀਤਾ ਗਿਆ ਹੈ। ਯੋਗ ਡੀ ਜੀ ਪੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਇੱਕ ਡੈਡੀਕੇਟਿਡ ਡਰਾਈਵ ਅਗੇਂਸਟ ਡਰੱਗਸ ਪਿਛਲੇ ਲਗਭਗ 3 ਮਹੀਨਿਆਂ ਤੋਂ ਚਲਾਈ ਜਾ ਰਹੀ ਹੈਗੀ ਅਤੇ ਜਿਹਦੇ ਵਿੱਚ ਸਾਡੀ ਹੁਣ ਤੱਕ ਦੀ ਜਿਹੜੇ ਲਗਭਗ 3 ਮਹੀਨੇ ਦਾ ਟਾਈਮ ਹੈਗਾ ਉਹਦੇ ਵਿੱਚ ਸਾਡੀ ਫਿਰੋਜ਼ਪੁਰ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਉਹਦੇ 'ਚ ਫਿਰੋਜ਼ਪੁਰ 'ਚ ਲਗਭਗ 250 FIR 247 ਕੱਲ੍ਹ ਤੱਕ ਦੀ ਡੇਟ ਤੱਕ ਅਸੀਂ 247 FIR ਦਰਜ ਕੀਤੇ ਹੈਗੇ ਅਤੇ 301 ਨਸ਼ਾ ਸਪਲਾਇਰ ਅਸੀਂ ਅਰੈਸਟ ਕੀਤੇ ਹੈਗੇ ਕੱਲ੍ਹ ਤੱਕ। ਅੱਜ ਵੀ ਅਸੀਂ ਕੁਛ ਬੰਦੇ ਫੜੇ ਹੈਗੇ ਅਤੇ ਸਾਡੀ ਬੜੀ ਇੰਟੈਂਸੀਫਾਈਡ ਡਰਾਈਵ ਚੱਲ ਰਹੀ ਹੈਗੀ ਅਤੇ ਜਦੋਂ ਤੱਕ ਆਹ ਨਸ਼ਾ ਖਤਮ ਨਹੀਂ ਹੁੰਦਾ ਸਾਡੀ ਡਰਾਈਵ ਰੁਕਣ ਵਾਲੀ ਨਹੀਂ ਹੈਗੀ ਅਤੇ ਅਸੀਂ ਕਮਿਟਿਡ ਹਾਂ ਫਿਰੋਜ਼ਪੁਰ ਨੂੰ ਡਰੱਗ ਫਰੀ ਕਰਨ ਵਾਸਤੇ ਅਤੇ ਇੱਥੇ ਜਿਹੜੇ ਵੀ ਲੋਕ ਨਸ਼ੇ ਤੋਂ ਤੰਗ ਹੈਗੇ, ਪਰੇਸ਼ਾਨ ਹੈਗੇ ਅਤੇ ਜਿਹੜੇ ਕੇਵਲ ਐਡਿਕਟ ਹੈਗੇ, ਨਸ਼ਾ ਸਪਲਾਈ ਦੇ ਚੇਨ 'ਚ ਇਨਵੋਲਵ ਨਹੀਂ ਹੈਗੇ ਉਹ ਸਾਡੇ ਰਾਹੀਂ ਵੀ ਤੁਹਾਡੇ ਰਾਹੀਂ ਵੀ ਸਿੱਧਾ ਵੀ ਜਾ ਕੇ ਡਰੱਗ ਦੀ ਐਡਿਕਸ਼ਨ ਸੈਂਟਰ 'ਤੇ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਅਤੇ ਸਰਕਾਰੀ ਨਸ਼ਾ ਮੁਕਤੀ ਕੇਂਦਰ 'ਤੇ ਆਪਣੇ ਆਪ ਨੂੰ ਭਰਤੀ ਕਰਕੇ ਅਤੇ ਉੱਥੋਂ ਦਵਾਈਆਂ ਲੈ ਸਕਦੇ ਹਨ, ਸੋ ਦੈਟ ਕਿ ਉਹ ਆ ਜਿਹੜਾ ਡਰੱਗ ਸਮਗਲਿੰਗ ਰੈਕਟ ਹੈਗਾ ਉਹਦਾ ਪਾਰਟ ਨਾ ਬਣਨ ਅਤੇ ਇੱਥੇ ਠੱਲ ਪਾਈ ਜਾ ਸਕੇ। ਅਤੇ ਜਿਹੜੇ ਸਪਲਾਇਰ ਹੈਗੇ ਉਹਨਾਂ ਨੂੰ ਅਸੀਂ ਫੜ ਰਹੇ ਹਾਂ, ਚਾਹੇ ਉਹ ਛੋਟੇ ਹੋ, ਮੀਡੀਅਮ ਚੇਨ ਦੇ ਹੋਣ, ਚਾਹੇ ਉੱਪਰ ਵਾਲੇ ਹੋਣ। ਕਿੰਨੇ ਤੁਸੀਂ ਪਕੜੇ ਹਾਂ? ਜਿਹੜਾ ਹੁਣ ਦੀ ਜਿਹੜੀ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਕੀਤੀ ਹੈਗੀ, ਕੱਲ੍ਹ ਦੀ ਜਿਹੜੀ ਸਾਡੀ ਕਾਰਗੁਜ਼ਾਰੀ ਹੈਗੀ ਉਹਦੇ ਵਿੱਚ ਲਗਭਗ 470 ਗ੍ਰਾਮ ਅਸੀਂ ਹੈਰੋਇਨ ਫੜੀ ਹੈਗੀ ਅਤੇ ਇਹਦੇ ਵਿੱਚ 4 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਅਲੱਗ ਅਲੱਗ ਕੇਸਾਂ 'ਚ। ਅਤੇ ਇਸ ਤੋਂ ਇਲਾਵਾ ਜਿਹੜੀ 800 ਬੋਤਲ ਸ਼ਰਾਬ ਨਜਾਇਜ਼ ਸਾਡੀ ਟੀਮ ਨੇ ਅਰੈਸਟ ਕੀਤੀ ਹੈਗੀ ਅਤੇ ਸਾਨੂੰ ਸ਼ੱਕ ਹੈਗਾ ਕਿ ਆ ਉਹ ਸ਼ਰਾਬ ਹੋ ਸਕਦੀ ਜਿਹੜੀ ਜ਼ਹਿਰੀਲੀ ਜਿਹਨੂੰ ਆਪਾਂ ਕਹਿੰਦੇ। ਅਤੇ ਉਸ ਤੋਂ ਇਲਾਵਾ ਜਿਹੜਾ 8 ਮੋਟਰਸਾਈਕਲ ਜਿਹੜੇ ਚੋਰੀ ਦੇ ਹੈਗੇ ਅਤੇ ਇੱਕ ਗੱਡੀ ਸਾਡੀ ਟੀਮ ਨੇ ਅਰੈਸਟ ਕੀਤੀ ਹੈਗੀ। ਇਸ ਤੋਂ ਇਲਾਵਾ ਵੱਖਰੇ ਵੱਖਰੇ ਕੇਸਾਂ 'ਚ ਇੱਕ ਮਰਡਰ ਦਾ ਦੋਸ਼ੀ ਅਰੈਸਟ ਕੀਤਾ ਹੈਗਾ ਸਾਡੀ ਟੀਮ ਨੇ ਕੱਲ੍ਹ, ਅਤੇ 2 ਸਨੈਚਰ ਫੜੇ ਹੈਗੇ ਜਿਨ੍ਹਾਂ ਤੋਂ ਜਿਹੜੇ ਸਨੈਚਿੰਗ ਦੀ ਜਿਹੜੀ ਬਾਲੀਆਂ ਹੈ ਉਹ ਵੀ ਸਾਡੀ ਟੀਮ ਨੇ ਬਰਾਮਦ ਕੀਤੀ ਹੈ। ਜੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈਗਾ ਕਿ ਬਾਰਡਰ ਏਰੀਏ ਨੂੰ ਲੈ ਕੇ ਸਾਡੇ ਸਰਚ ਓਪਰੇਸ਼ਨਸ BSF ਦੇ ਨਾਲ ਚੱਲਦੇ ਰਹਿੰਦੇ ਹੈਗੇ ਅਤੇ ਡੈਡੀਕੇਟਿਡ ਸਿਕਿਉਰਿਟੀ ਡਰਾਈਵਸ ਸਾਡੇ ਚੱਲਦੇ ਰਹਿੰਦੀਆਂ ਹੈਗੀਆਂ। ਅਤੇ ਅਸੀਂ ਰੀਸਟਰਕਚਰ ਕੀਤਾ ਹੈਗਾ ਬਾਰਡਰ ਏਰੀਆ ਦੀ ਸਿਕਿਉਰਿਟੀ ਨੂੰ, ਅਤੇ ਰੀਸਟਰਕਚਰ ਕਰਕੇ ਜਿਹੜਾ ਡਰੋਨ ਦਾ ਮੂਵਮੈਂਟ ਹੁੰਦਾ ਉਹਦੇ ਹਿਸਾਬ ਨਾਲ ਅਸੀਂ ਨਾਕੇ ਮੋਬਾਈਲ ਨਾਕੇ ਪਲੱਸ ਸਟੈਟਿਕ ਨਾਕੇ ਲਾਉਣੇ ਪਲਾਨ ਕੀਤੇ ਹੈਗੇ। ਅਤੇ ਉਸ ਤੋਂ ਇਲਾਵਾ ਜਿਹੜੇ 5 ਗੱਡੀਆਂ RRPRS ਵਾਲੀ ਜਿਨ੍ਹਾਂ ਦੇ ਉੱਤੇ CCTV ਕੈਮਰਾ ਲੱਗਿਆ ਹੁੰਦਾ ਉਹ ਡੈਡੀਕੇਟਡਲੀ ਜਿਹੜੇ ਆਪਣੇ 5 ਪੁਲਿਸ ਸਟੇਸ਼ਨ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈਗੇ ਉੱਥੇ ਅਸੀਂ ਤੈਨਾਤ ਕੀਤੀ ਹੈਗੀ ਅਤੇ ਉਹਨਾਂ ਨੇ ਬੀਟਸ ਡੈਡੀਕੇਟਡ ਉਹਨਾਂ ਨੂੰ ਦੱਸੀ ਹੈਗੀ ਕਿ ਕਿਹੜੀ ਕਿਹੜੀ ਬੀਟ 'ਤੇ ਉਹਨਾਂ ਨੇ ਮੋਬਾਈਲ ਰਹਿਣਾ ਹੈਗਾ। ਉਸ ਤੋਂ ਇਲਾਵਾ ਅਸੀਂ 13 ਮੋਟਰਸਾਈਕਲ ਜਿਹੜੇ ਹੈਗੇ PCR ਮੋਟਰਸਾਈਕਲ ਉਹ ਵੀ ਇਸ ਏਰੀਆ ਵਿੱਚ ਤੈਨਾਤ ਕਰ ਰਹੇ।